ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਹੋ, ਅਸੀਂ ਸਿੰਘੂ ਬਾਰਡਰ ਤੇ ਮੌਜੂਦ ਹਾਂ। ਜਿਸ ਤਰ੍ਹਾਂ ਵਾਪਸੀ ਘਰ ਵਾਪਸੀ ਹੋ ਰਹੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਖਾਲਸਾ ਸੇਵਾ ਸੁਸਾਇਟੀ ਕੈਨੇਡਾ ਫਲੈਕਸ ਤੁਹਾਡੇ ਕੋਲ ਲੱਗਿਆ। ਇਹ ਮੈਡੀਕਲੀ ਸਹੂਲਤਾਂ ਦੇ ਰਹੇ ਸੀ ਇੱਥੇ ਕਿਸਾਨਾਂ ਨੂੰ, ਜਿੰਨੇ ਵੀ ਇੱਥੇ ਕਿਸਾਨ ਸੀਗੇ ਜਾਂ ਲੋਕਲ ਕੋਈ ਵੀ ਬੰਦਾ ਸੀ, ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੁੰਦੀ ਸੀ ਉਹਦੇ ਲਈ ਦਵਾਈ ਬੂਟੀ ਹੁੰਦੀ ਸੀ। ਤੇ ਬਾਈ ਕਿਰਪਾਲ ਸਿੰਘ ਹੁਣੀ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਸਾਰਾ ਕੁਝ ਪਟਣਾ ਪੈਣਾ ਆਪਾਂ ਨੂੰ ਨਾ ਜਾ ਰਹੇ ਹੁਣ ਇਦਾਂ ਜੀ। ਇਹ ਵਧੀਆ ਹੋ ਗਿਆ ਵੀ ਜਿਹੜਾ ਆਪਾਂ ਜੇ ਇਹ ਕਿਸਾਨੀ ਸੰਘਰਸ਼ ਨੂੰ ਨਹੀਂ ਜਿੱਤਦੇ, 100 ਸਾਲ ਪਿੱਛੇ ਆਪਾਂ ਡਿੱਗਦੇ ਸੀਗੇ, ਆਪਣੀ ਇੱਕ ਹੋਂਦ ਬਣ ਗਈ ਆ, ਆਪਾਂ ਇੱਕ ਸਾਰੇ ਵਰਲਡ ਵਿੱਚ ਜਾਣੇ ਗਏ ਆ ਕਿ ਆਪਾਂ ਇੱਕ ਕਿਸਾਨ ਇੱਕ ਐਸੀ ਜਥੇਬੰਦੀ ਆ ਜਿਹੜੀ ਜਿੱਥੇ ਅੜ ਜਾਵੇ ਉਹ ਜਿੱਤ ਪ੍ਰਾਪਤ ਕਰਦੀ ਆ। ਇਹਨਾਂ ਦੀ ਕਿਸਾਨਾਂ ਕੋਲ ਕੋਈ ਹਥਿਆਰ ਨਹੀਂ, ਪਰ ਹਥਿਆਰਾਂ ਵਾਲਿਆਂ ਨੂੰ ਲੰਮੇ ਪਾ ਲੈਂਦੇ ਆ। ਬਿਲਕੁਲ ਜੀ, ਇਹ ਬੜੇ ਤਰੀਕੇ ਦੇ ਨਾਲ ਮੂਵਮੈਂਟ ਲੜੀ ਗਈ ਆ, ਬਹੁਤ ਵਧੀਆ, ਜਿਹਦੇ ਵਿੱਚ ਕੋਈ ਜਾਣੇ ਅਣਜਾਣੇ ਵਿੱਚ ਵੱਡੀ ਸ਼ਹਾਦਤ ਨਹੀਂ ਹੋਈ। ਤਕਰੀਬਨ ਜਿਹੜੀਆਂ ਘਟਨਾ ਲਖੀਮਪੁਰ ਖੀਰੀ ਵਿੱਚ ਜਾਂ 26 ਤਰੀਕ ਨੂੰ ਹੋਈਆਂ ਆ ਡਿਬ ਡਿਬੇ ਵਾਲੇ ਦੀਆਂ, ਉਹ ਤਾਂ ਜ਼ਰੂਰ ਮੰਨੀਆਂ ਜਾਂਦੀਆਂ, ਜਾਂ ਹੋਰ ਵੀ ਚਲੋ ਜਿਸ ਤਰ੍ਹਾਂ ਬਹੁਤ ਬਜ਼ੁਰਗ ਏਜ ਦੇ ਵਿੱਚ ਲੋਕਾਂ ਦੀ ਡੈਥ ਹੋਈ ਆ, ਨੌਜਵਾਨ ਜਿਹੜੀ ਯੂਥ ਪੀੜ੍ਹੀ ਬਹੁਤ ਉਹਨੂੰ ਸਾਹਮਣਾ ਔਖਾ ਆ, ਜਿਸ ਤਰ੍ਹਾਂ ਉਹ ਏਡੇ ਵੱਡੇ ਸੰਘਰਸ਼ ਦੇ ਵਿੱਚ ਏਡੀਆਂ ਵੱਡੀਆਂ ਚਾਲਾਂ ਤੋਂ ਬਚ ਕੇ ਇਹ ਸੰਘਰਸ਼ ਤੋਂ ਬਚੇ ਰਹਿਣਾ, ਇਹ ਇੱਕ ਮੈਂ ਸਮਝਦਾ ਹਾਂ ਕਿ ਗੁਰੂ ਅਮਰ ਸਾਹਿਬ, ਗੁਰੂ ਨਾਨਕ ਸਾਹਿਬ ਦੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਆ ਜਿਹਦੇ ਉੱਤੇ ਮੋਦੀ ਨੇ ਦੋਵੇਂ ਦਿਨ ਚੁਣ ਕੇ ਕਿਸੇ ਨੂੰ ਕ੍ਰੈਡਿਟ ਨਹੀਂ ਦਿੱਤਾ, ਅਤੇ ਇਹਨਾਂ ਦਿਨਾਂ ਨੂੰ ਚੁਣ ਕੇ ਸਿੱਖ ਧਰਮ ਨੂੰ ਜਿਹੜਾ ਆ ਪ੍ਰਫੁੱਲਿਤ ਕੀਤਾ ਹੈ। ਵੈਸੇ ਆ ਤੁਸੀਂ ਜਿੰਨਾ ਵੀ ਤੁਹਾਡਾ ਇਹ ਚੈਰਿਟੀ ਦਾ ਸੀਗਾ ਮੈਡੀਕਲ ਦਾ, ਇਹ ਹੁਣ ਕਿੱਦਣ ਨੂੰ ਤੁਸੀਂ ਇਸ ਸਾਰਾ ਆਪਣਾ ਪਾਰਟ ਕਰ ਸਕਦਾ? ਇਹ ਦੇਖੋ ਜੀ, ਅੱਜ ਅਸੀਂ ਹੁਣ ਬਿਲਕੁਲ ਤਿਆਰੀ ਆ। ਦੇਖੋ ਜਿਸ ਤਰ੍ਹਾਂ ਕਿਸਾਨਾਂ ਦੀ ਰਹਿਸ ਦਾ ਸੀਗਾ ਉਹ ਅਸੀਂ ਲੱਦ ਲਏ ਜੀ ਗੱਡੀ ਦੇ ਵਿੱਚ, ਉੱਥੇ ਅਗਲੇ ਬੰਨੇ ਅਗਲੇ ਬਾਰਡਰ 'ਤੇ ਆ ਸਟੇਜ ਲੱਗੇ, ਉੱਥੋਂ ਵੀ ਪੱਟ ਲਏ, ਗਾਜੀਪੁਰੋਂ ਵੀ ਪੱਟ ਲਏ ਆ। ਇਹ ਤਿੰਨਾਂ ਥਾਵਾਂ ਦੇ ਉੱਤੇ ਇੱਥੇ ਇੱਕ ਮੈਡੀਕਲ ਕੰਪ ਨਾਲ ਕਿਸਾਨਾਂ ਦੀ ਰਹਿਸ ਸੀ, ਅੱਗੇ ਵੱਡੀ ਸਟੇਜ ਲੱਗ ਗਏ ਕਿਸਾਨਾਂ ਦੀ ਰਹਿਸ ਮੈਡੀਕਲ ਕੰਪ, ਅਤੇ ਗਾਜੀਪੁਰ ਇਕੱਲਾ ਮੈਡੀਕਲ ਕੰਪ ਸੀ, ਸਾਰੇ ਥਾਵਾਂ ਤੋਂ ਪੱਟ ਲਏ। ਹੁਣ ਜੀ ਦਵਾਈ ਲੈਣ ਮਾਤਾ ਹੁਣੀ ਆਏ ਪਏ ਨੇ ਲੱਗ ਰਿਹਾ ਮੈਨੂੰ, ਬਹੁਤ ਆਹ ਹੁਣ ਤਾਂ ਹੀ ਲੇਟ ਹੋ ਗਏ ਜੀ, ਦਵਾਈ ਸਵੇਰ ਦੀ ਬਹੁਤ ਚੱਲੀ ਜਾਂਦੀ, 1 ਵੱਜ ਗਿਆ ਜੀ। ਹਾਂਜੀ ਹਾਂਜੀ, ਇਹਦੇ ਵਿੱਚ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਵੀ ਜਿੱਥੇ ਕਿਸਾਨੀ ਸੰਘਰਸ਼ ਬਹੁਤ ਵਧੀਆ ਜੀ ਇੱਕ ਹੋਂਦ ਬਣ ਗਈ ਆ, ਅਤੇ ਜਿਹੜੇ ਵੀ ਹੁਣ ਜਿਸ ਤਰ੍ਹਾਂ ਜਾਂ ਪੰਜਾਬ ਦੇ ਕਿਸਾਨ, ਹਿੰਦੂ ਮੁਸਲਮਾਨ ਸਿੱਖ ਭਾਈਚਾਰਕ ਸਾਂਝ ਬਹੁਤ ਵੱਡੀ ਬਣੀ, ਸਾਰੇ ਡਟੇ ਵੀ ਸਾਰੇ ਇੱਕ ਦੂਜੇ ਨੂੰ ਜਾਣਨ ਲੱਗ ਗਏ। ਜਿਹੜੇ ਅਸਲੀ ਹਿੰਦੂ ਆ ਨਾ ਉਹ ਬਹੁਤ ਸਿੱਖਾਂ ਦਾ ਸਾਥ ਦਿੰਦੇ, ਜਿਹੜੇ ਜੀ ਅਸਲੀ ਮੁਸਲਮਾਨ ਉਹ ਵੀ ਦਿੰਦੇ ਆ, ਜਿਹੜੇ ਕੋਈ ਐਵੇਂ ਅੱਗ ਲਾਉਣ ਵਾਲੇ ਤਮਾਸ਼ਗਰੀ ਆ ਉਹਨਾਂ ਨੂੰ ਆਪਾਂ ਹਿੰਦੂ ਨਹੀਂ ਕਹਿ ਸਕਦੇ, ਮੁਸਲਮਾਨ ਨਹੀਂ ਕਹਿ ਸਕਦੇ। ਇਸ ਕਰਕੇ ਇਹ ਬਹੁਤ ਹੋਇਆ ਵੀ ਭਾਈਚਾਰਕ ਸਾਂਝ ਬਣਨ ਦੇ ਨਾਲ ਜਦੋਂ ਇੱਕ ਦੂਜੇ ਨੂੰ ਮਿਲਾਂਗੇ ਇੱਕ ਦੂਜੇ ਦੀ ਪਛਾਣ ਕਰਨੀ ਸੌਖੀ ਹੋ ਗਈ। ਪਰ ਹੁਣ ਜਾਣ ਨੂੰ ਜੀ ਕਰਦਾ ਇੱਥੋਂ? ਮੈਂ ਕਿਹਾ ਜੀ ਕੀ ਦੱਸੀਏ ਜੀ ਤੁਹਾਨੂੰ, ਜਾਣ ਨੂੰ ਤਾਂ ਬਿਲਕੁਲ ਨਹੀਂ ਜੀ ਕਰਦਾ, ਪਰ ਹੁਣ ਇੱਥੇ ਜਿਹੜੀਆਂ ਰੌਣਕਾਂ ਹੈ ਭਾਵੇਂ ਜਿਸ ਤਰ੍ਹਾਂ ਮਰਜ਼ੀ ਕਰਦੇ, ਲੋਕਲ ਬੰਦੇ ਵੀ ਆ ਜਾਂਦੇ ਹੁਣੇ ਦਵਾਈ ਲੈਣ ਜੀ? ਜ਼ਿਆਦਾ ਬਹੁਤ ਜ਼ਿਆਦਾ ਲੋਕਲ, ਉਹ ਤਾਂ ਇੱਥੇ ਰੋਂਦੀਆਂ ਜੀ ਬੀਬੀਆਂ ਜਿਹੜੀਆਂ ਲੋਕਲ ਆ, ਪ੍ਰਵਾਸੀ ਮਜ਼ਦੂਰ ਨੇ ਇੱਥੇ, ਹੈ ਨਾ। ਇਹ ਆਪਾਂ ਘੱਟੋ ਘੱਟ ਜੀ 11 ਲੱਖ ਦੀ ਦਵਾਈ ਜਿਹੜੀ ਆਪਣੀ ਇਸੇ ਮੈਡੀਕਲ ਕੈਂਪ 'ਤੇ ਲੱਗੀ ਆ, ਇਸੇ ਮੈਡੀਕਲ ਤੋਂ 11 ਲੱਖ ਦਾ ਜਿਹੜਾ ਮੈਡੀਕਲ ਦਾ ਗੋਲੀਆਂ ਜਾਂ ਕੁਛ ਵੀ ਐਵੇਂ ਦਾ, ਹੈ ਨਾ, ਮੈਡੀਸਨ ਗਈ ਆ। 15,000 ਰੁਪਇਆ ਡਾਕਟਰਾਂ ਨੂੰ ਤਨਖਾਹ ਦਿੰਦੇ ਰਹੇ ਹਾਂ, 3 ਡਾਕਟਰ ਵੱਲ ਵੱਲ ਜਿਹੜੇ ਪਹਿਲਾਂ ਸੀ ਜਦੋਂ ਆਪਾਂ ਸ਼ੁਰੂ 'ਚ ਆਏ ਹਾਂ, ਫਿਰ ਕਰਦੇ ਕਰਦੇ ਜਿਵੇਂ ਘੱਟਦਾ ਗਿਆ ਫਿਰ 1 ਡਾਕਟਰ ਆਪਣੇ ਕੋਲ ਪੱਕਾ ਰਿਹਾ, ਅਤੇ ਜਿਹਦੇ ਵਿੱਚ ਤਿੰਨਾਂ ਨੂੰ ਕਮਰੇ ਥਰੈਜ ਵਧੀਆ ਸੀ ਡਾਕਟਰਾਂ ਨੂੰ, ਕਿਉਂਕਿ ਡਾਕਟਰ ਰਹਿੰਦੇ ਨਹੀਂ ਏਸੀ ਦੀਆਂ ਸਹੂਲਤਾਂ ਸੀ, ਅਤੇ ਇਸ ਕਰਕੇ ਜਿਹੜਾ ਇਹ ਟੋਟਲ 11 ਲੱਖ ਦੇ ਲਾਗੇ ਬੰਨੇ ਇਸੇ ਮੈਡੀਕਲ ਦਾ ਖਰਚਾ, ਟੋਟਲ ਸਾਰੇ ਮੈਡੀਕਲ ਦਾ 23 ਲੱਖ ਰੁਪਇਆ ਖਰਚਾ ਹੋਇਆ, ਜਿਹੜਾ ਕੈਨੇਡਾ ਦੀਆਂ ਸੰਗਤਾਂ ਨੇ ਮਤਲਬ ਆਪ ਹੱਥੀ ਸਾਰਾ ਕੁਝ ਕੀਤਾ ਹੈ। ਵੈਸੇ ਜਦੋਂ ਕੋਈ ਚੰਗਾ ਕਾਰਜ ਹੋਣਾ ਹੋਵੇ ਮਾਇਆ ਕਹਿੰਦੇ ਪਤਾ ਨਹੀਂ ਲੱਗਦਾ ਕਿੱਧਰੋਂ ਸੇਵਾ ਹੋ ਜਾਂਦੀ ਹੈ ਜੀ। ਇਹ ਕੈਨੇਡਾ ਦੀ ਸੰਗਤ ਨੇ ਕੀਤਾ, ਉਹਨਾਂ ਨੇ ਕਿਸੇ ਦੇ ਮਾਇਆ ਹੱਥ ਨਹੀਂ ਦਿੱਤੀ, ਜਾਂ ਆਪ ਉਹਨਾਂ ਨੇ ਸਿਰ 'ਤੇ ਰਹਿ ਕੇ ਸਾਰਾ ਕੀਤਾ, ਸਾਡੀ ਇੱਕ ਜ਼ਿੰਮੇਵਾਰੀ ਉਹਨਾਂ ਲਾਈ, ਅਸੀਂ ਇੱਥੇ ਬਹਿ ਕੇ ਕੀਤਾ, ਔਰ ਉਹਨਾਂ ਸਾਰਾ ਆਪਦੀ ਦੇਖ ਰੇਖ ਦੇ ਹੇਠ ਦੇ ਥੱਲੇ ਵੀ ਕੋਈ ਵੀ ਕਿਸੇ ਰਕਮ ਦੀ ਬਦਨਾਮੀ, ਕੋਈ ਦਵਾਈ ਜਿਹੜੀ ਡੋਨੇਟ ਹੁੰਦੀ ਸੀ ਉਹ ਵੀ ਉਹਨਾਂ ਨਹੀਂ ਲਏ, ਕੋਈ ਸ਼ੈਤਾਨੀ ਦੇ ਨਾਲ ਜਿਹੜੀ ਦਵਾਈ ਆ ਕੋਈ ਐਸੀ ਨਾ ਦੇ ਜੇ ਕੋਈ ਹਾਦਸਾ ਵਾਪਰ ਜੇ ਸਾਡੀ ਚੈਰਿਟੀ ਨੂੰ ਨੁਕਸਾਨ ਪਹੁੰਚੇ। ਠੀਕ ਹੈ ਕਿਰਪਾਲ ਜੀ, ਬਹੁਤ ਬਹੁਤ ਧੰਨਵਾਦ।